ਨਿਗਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਉਧਰ ਰੂਸੀ ਕਨੋਈ ਜੀ ਔਰ ਨਾਲ ਹੀ ਸਾਡੇ ਵੀਰ ਜਨਾਲ ਦੇ ਉੱਤੇ ਸੇਬੀ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੇਬੀ ਜੀ। ਹਾਂਜੀ ਮੈਚ ਸਟਾਰਟ ਕਰਾਓ ਧਰਮਾ ਜੀ, ਧਰਮਾ ਜੀ। ਹਾਂਜੀ ਹਾਂਜੀ ਮੈਚ ਸਟਾਰਟ ਕਰਵਾਓ, ਆਪਣੇ ਕੋਲ ਟਾਈਮ ਬਹੁਤ ਘੱਟ ਹੈ। ਦਿੜਬਾ ਮੰਡੀ ਦੀ ਟੀਮ ਨੂੰ ਅਸੀਂ ਵਾਰੀ ਵਾਰੀ ਕਾਲ ਕਰ ਰਹੇ ਹਾਂ। ਇੱਧਰ ਬੱਬੀ ਜਨਾਲ ਜੀ ਦੇ ਉੱਤੇ 200 ਦੇ ਨਾਲ ਮਾਣ ਕਰਦੇ ਨੇ ਪੰਜਾਬੀ ਬੋਲੀ ਦਾ। ਉੱਥੇ 25 ਤੇ 26 ਤਰੀਕ ਹੈ ਜਿਹੜੀ ਉਹ ਜਨਾਲ ਦੇ ਪਾਲੀਵਾਲ ਟੂਰਨਾਮੈਂਟ ਦੀ ਹੈ। ਧਰਮਾ ਜੀ ਜੀ ਦਰਸ਼ਕ ਵੀਰ ਮੋਦੀ ਵਾਲਾ ਹੀ ਮੰਗ ਕਰਦੇ ਨੇ, ਉਹ ਜ਼ਰੂਰ ਸੁਣਾਓ ਜੀ ਮੋਦੀ ਵਾਲਾ। ਹਾਂ ਬਾਈ ਜੀ ਟੀਮ ਆ ਰਹੀ ਆ, ਮੈਂ ਉਹ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਆ ਬਾਈ। ਦਿੜਵਾ ਮੰਡੀ ਜੀਤਾ ਬੋੜਵਾਲ ਉਹ ਵੀ ਬੋੜੇ ਵਾਲਾ ਉਹ ਵੀ ਸਾਡੇ ਦਰਮਿਆਨ ਪਹੁੰਚਿਆ, ਧੰਨਵਾਦ ਜੀ। ਨਾਲ ਹੀ ਮੈਂ ਬੇਨਤੀ ਕਰਦਾ ਵੀ ਦਿੜਵਾ ਮੰਡੀ ਵਾਲੇ ਖਿਡਾਰੀਓ ਹੁਣ ਦੇਖੋ ਭਾਈ ਦਰਸ਼ਕੋ, ਅਸੀਂ ਤਾਂ ਆਵਾਜ਼ਾਂ ਬਹੁਤ ਟਾਈਮ ਦੇ ਮਾਰੀ ਜਾਂਦੇ ਹਾਂ ਪਰ ਟੀਮਾਂ ਗਰਾਊਂਡ ਦੇ ਵਿੱਚ ਨਹੀਂ ਆਉਂਦੀਆਂ, ਉਸ ਤੋਂ ਬਾਅਦ ਹਨੇਰਾ ਹੋ ਜਾਂਦਾ, ਫਿਰ ਗੱਲ ਨਹੀਂ ਬਣਦੀ। ਸੋ ਆ ਜਾਓ ਨਾਲ ਹੀ ਅਗਲੇ ਰਾਊਂਡ ਦੇ ਜਿਹੜੇ ਮੈਚ ਹੋਣਗੇ, ਬਾਬਾ ਧੂਣੀ ਦਾਸ ਢਨੋਲੀ ਤੇ ਜਰਗੜੀ, ਧਨੌਲਾ ਤੇ ਕਲਸੀਆਂ ਖਿਲਰੀਆਂ ਤੇ ਮੁੱਦੜੀ ਹਰਿਆਣਾ, ਜੇਤੂ ਟੀਮ ਹੈ ਜਿਹੜੀ ਉਹ 5 ਗਰਾਈਆਂ ਨਾਲ ਖੇਡੇਗੀ। ਬਾਬਾ ਧੂਣੀ ਦਾਸ ਢਨੋਲੀ ਤੇ ਜਰਗੜੀ ਇਹ ਟੀਮਾਂ ਨੇ ਜਿਹੜੀਆਂ ਅਗਲੇ ਮੈਚ ਦੇ ਲਈ ਬਿਲਕੁਲ ਤਿਆਰ ਰਹਿਣ, ਠੀਕ ਹੈ ਜੀ। ਲਾਲ ਖਡਿਆਲ ਉਹ ਜੱਗੇ ਨੂੰ ਮਿਲੇ ਲਾਲ ਖਡਿਆਲ। ਹਾਂ 1 ਮਿੰਟ ਦਾ ਟਾਈਮ ਹੈ ਜੀ ਸਾਡੇ, ਰਿੰਕਾ ਢਨੋਲੀ ਜੀ ਕਹਿੰਦੇ ਆਪਣਾ ਅਖਾੜੇ ਦਾ ਵੀ ਟਾਈਮ ਹੋਈ ਜਾਂਦਾ ਹੈ, ਉਹ ਆਪਾਂ ਕੱਟਣ ਲੱਗੇ ਹਾਂ। ਸੋ ਮੈਂ ਜਿਹੜੀ ਗੱਲ ਦੀ ਵਾਰੀ ਵਾਰੀ ਸਿਫਾਰਿਸ਼ ਆ ਰਹੀ ਹੈ ਉਹ ਇਹੀ ਹੈ ਮਿੱਤਰੋ, ਦਿੜਬੇ ਦੀ ਟੀਮ ਅੱਜ ਤੱਕ ਨਹੀਂ ਪੁੱਜੀ, ਦਿੜਬੇ ਵਾਲੇ ਖਿਡਾਰੀ ਵੀਰ ਸਾਥ ਦੇਣ। ਆ ਉਧਰ ਸਾਡੇ ਵੀ ਰੁਕਰ ਜਵੰਦਾ ਅੰਗਰੇਜ਼ ਜਵੰਦਾ ਦਲਵੀਰ ਢਨੋਲੀ ਬਲਜੀਤ ਸੇਖੋਂ ਦੈਨਾ ਬੈਕ ਢਨੋਲੀ ਕਲਾਂ ਚੈਨੀ ਦਿੜਬਾ ਜੀ ਮਨਪ੍ਰੀਤ ਗਾਕਾ ਸਾਰੇ ਵੀਰਾਂ ਦਾ ਧੰਨਵਾਦ ਹੈ। ਔਰ ਮੈਂ ਗੱਲ ਕਰਨ ਲੱਗਿਆ ਬਈ ਪਹਿਲਾਂ ਬੇਨਤੀ ਕਰਦਾ ਵੀ ਦਿੜਬੇ ਦੀ ਟੀਮ ਦੇ ਖਿਡਾਰੀ ਗਰਾਊਂਡ ਦੇ ਵਿੱਚ ਪੁੱਜ ਜਾਣ। ਇਹ ਮਿੱਤਰੋ 125 ਕਰੋੜ ਦੀ ਆਬਾਦੀ ਹੈ ਆਪਣੇ ਦੇਸ਼ ਦੀ, 125 ਕਰੋੜ ਦੀ ਆਬਾਦੀ ਹੈ ਆਪਣੇ ਦੇਸ਼ ਦੀ, ਜਿਹਦੇ ਤੇ ਕਹਿੰਦੇ 50 ਲੱਖ ਤੋਂ ਉੱਪਰ ਲੋਕ ਨੇ ਜਿਹੜੇ। ਸੇਬੀ ਖਾਨ ਮਲੇਰਕੋਟਲਾ ਤੇ ਜੀਤਾ ਬੋੜਾਵਾਲ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ, ਜੀਤ ਕਪਿਆਲ ਦੇ ਮਿੱਤਰਾਂ ਦੀ ਦੁਨੀਆ ਚ ਸਾਡੇ ਦਰਮਿਆਨ ਪਹੁੰਚੇ ਨੇ, ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਜੀ। ਹਾਂਜੀ ਸਾਡਾ ਵੀਰ ਜ਼ਰੂਰ ਦਲਵੀਰ ਜੀ ਸੰਪਰਕ ਕਰੀ। ਦਲਵੀਰ ਜੀ ਮੈਨੂੰ 2 ਮਿੰਟ ਦੇ ਦਿਓ ਬਸ, ਆਪਾਂ ਉਹ ਗੱਲ ਪੂਰੀ ਕਰ ਲਈਏ। ਦੋਨੋਂ ਟੀਮਾਂ ਜਿਹੜੀਆਂ ਰੈਡੀ ਹੋ ਰਹੀਆਂ ਨੇ। ਦਰਸ਼ਕ ਵੀਰੇ ਕਹਿੰਦੇ ਕਿਤੇ ਆਪਾਂ ਭਾਸ਼ਣ ਸੁਣਦੇ ਸੀ ਮੋਦੀ ਜੀ ਦਾ ਕਿ ਅੱਛੇ ਦਿਨ ਆਉਣ ਵਾਲੇ ਹੈ, ਤੇ ਜਦੋਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਗੱਲ ਸੁਣਦੇ ਸੀ ਕਿ ਮੈਂ ਤੁਹਾਨੂੰ ਮਨ ਕੀ ਬਾਤ ਬਤਾਉਣੀ ਹੈ, ਤੇ ਜਦੋਂ ਭਾਈ ਮਨ ਕੀ ਬਾਤ ਬਤਾਤੀ ਉਦੋਂ ਬਾਅਦ ਕੀ ਹੋਇਆ ਇਹ ਮੇਰੇ ਤੋਂ ਵੱਧ ਸਾਰੇ ਦਰਸ਼ਕ ਜਾਣਦੇ ਨੇ ਕਿ ਕਹਿੰਦੇ ਫੈਸਲਾ ਮੋਦੀ ਜੀ ਦਾ ਬਹੁਤ ਵਧੀਆ ਸੀ ਪਰ ਭ੍ਰਿਸ਼ਟਾਚਾਰੀ ਨੇ ਜਿਹੜਾ ਤੰਗ ਕੀਤਾ ਲੋਕਾਂ ਨੂੰ, ਭ੍ਰਿਸ਼ਟਾਚਾਰੀ ਨੇ ਜਿਹੜਾ ਤੰਗ ਕੀਤਾ ਹੈ। ਕਹਿੰਦੇ ਕਹਿੰਦਾ ਸੀ ਮੋਦੀ ਮੈਂ ਅੱਛੇ ਦਿਨ ਲਿਆਊਂਗਾ, ਉਹ ਸਾਰੀ ਇੰਡੀਆ ਨੂੰ ਮੈਂ ਮਨ ਕੀ ਬਾਤ ਬਤਾਊਂਗਾ, ਤੇ ਜਦੋਂ ਚੁੱਪ ਚਪੀਤੇ ਮਨ ਕੀ ਬਾਤ ਬਤਾਤੀ ਮੋਦੀ ਨੇ, ਉਹ ਸਾਰੀ ਇੰਡੀਆ ਭੰਬਲ ਭੂਸੇ ਪਾਤੀ ਮੋਦੀ ਨੇ, ਸਾਰੀ ਇੰਡੀਆ ਲੈਣਾ ਦੇ ਵਿੱਚ ਲਾਤੀ ਮੋਦੀ ਨੇ। ਬਹੁਤ ਘਰਾਂ ਦੇ ਵਿੱਚ ਲੜਾਈਆਂ ਹੋ ਗਈਆਂ ਕਿਉਂਕਿ ਜਨਾਨੀ ਨਾਲੇ ਤਾਂ 1000 ਦਾ ਨੋਟ ਕੱਢ ਕੇ ਫੜਾ ਦਾਂਦੀ, ਨਾਲੇ ਕਹਿੰਦਾ ਵੀ ਘਰ ਵਾਲੇ ਨੂੰ ਆਹ ਮੇਰੀ ਗੱਲ ਸੁਣੋ ਜੀ ਭਲਾ ਤੂੰ ਧਰ ਕੇ ਭੁੱਲ ਗਿਆ ਸੀ ਉਰੇ, ਹੁਣ ਪਤਾ ਤਾਂ ਹੁੰਦੇ ਸੀ ਸਿੰਗੀ ਲੱਗਦੀ ਸੀ ਜਿਵੇਂ। ਕਹਿੰਦੇ ਇੱਕ ਔਰਤ ਜੋ ਘਰ ਵਾਲੇ ਨੂੰ ਕੁੰਡੀ ਲਾਉਂਦੀ ਸੀ, ਉਹ 500-500 ਦੇ ਨੋਟ ਜੋ ਕੱਢ ਕੇ ਰਹੀ ਲੁਕਾਉਂਦੀ ਸੀ, ਉਹ ਤੀਵੀਂ ਦੀ ਖਸਮ ਤੋਂ ਗੁੱਤ ਪਟਾਤੀ ਮੋਦੀ ਨੇ, ਸਾਰੀ ਇੰਡੀਆ ਲੈਣਾ ਦੇ ਵਿੱਚ ਲਾਤੀ ਮੋਦੀ ਨੇ, ਜਦੋਂ ਚੁੱਪ ਚਪੀਤੇ ਮਨ ਕੀ ਬਾਤ ਬਤਾਤੀ ਮੋਦੀ ਨੇ। ਕਹਿੰਦੇ ਨਾ ਠੱਗਾਂ ਨੂੰ ਫਰਕ ਪਿਆ ਨਾ ਫਰਕ ਪਿਆ ਸਰਕਾਰਾਂ ਨੂੰ, ਉਹ ਸਭ ਤੋਂ ਜ਼ਿਆਦਾ ਔਖਾ ਹੋ ਗਿਆ ਬੰਦੇ ਦਿਹਾੜੀਦਾਰਾਂ ਨੂੰ, ਇੱਕ ਆਮ ਬੰਦੇ ਦੀ ਦੇਖੋ ਤਾਪ ਚਕਾਤੀ ਮੋਦੀ ਨੇ, ਸਾਰੀ ਇੰਡੀਆ ਲੈਣਾ ਦੇ ਵਿੱਚ ਲਾਤੀ ਮੋਦੀ ਨੇ, ਜਦੋਂ ਸਭ ਚੁੱਪ ਚਪੀਤੇ ਮਨ ਕੀ ਬਾਤ ਬਤਾਤੀ ਮੋਦੀ ਨੇ। ਫੈਸਲਾ ਬਹੁਤ ਸੋਹਣਾ ਸੀ ਪਰ ਭ੍ਰਿਸ਼ਟਾਚਾਰੀ ਨੇ ਥੋੜਾ ਤੰਗ ਕੀਤਾ। ਲਓ ਮੈਚ ਵਾਲੇ ਪਾਸੇ ਆਉਣੇ ਹੁਣ ਸ਼ੇਰਾ ਸਿੰਘ ਜੀ, ਸ਼ੇਰਗੜ੍ਹ ਸਰਪੰਚ ਸਾਹਿਬ ਉਹ ਵੀ ਪੁੱਜੇ ਨੇ, ਉਹਨਾਂ ਦਾ ਵੀ ਅਸੀਂ ਪੁੱਜਣ ਤੇ ਧੰਨਵਾਦ ਕਰਦੇ ਹਾਂ।